ਅਸਲਾਮ ਵਾਲੇਕੁਮ, ਕੀ ਹਾਲ ਵਾਲ ਨੇ? ਸਭ ਠੀਕ ਹੋ? ਖੈਰ ਖੈਰੀਅਤ ਹੈ? ਹੁਣ ਜਾ ਕੇ ਕੋਈ ਮੌਸਮ ਸੈੱਟ ਹੋਇਆ ਹੈ? ਨਹੀਂ ਤਾਂ ਇੰਨੇ ਦਿਨਾਂ ਤੋਂ ਇੰਨੀ ਗਰਮੀ ਬਣੀ ਸੀ ਕਿ ਦੱਸਾਂ, ਤਕਰੀਬਨ 40-50 ਤਾਂ ਡੇਲੀ ਗਰਮੀ ਹੁੰਦੀ ਸੀ। ਪੁੱਛੋ ਨਾ, ਬੁਰਾ ਹਾਲ ਹੋ ਗਿਆ ਹੈ। ਅਤੇ ਕਾਫੀ ਲੋਕ ਜਿਹੜੇ ਨੇ ਸੋਲਰ ਪਲੇਟਾਂ ਖਰੀਦ ਲਿਆਏ ਨੇ, ਅਤੇ ਜੇ ਤੁਸੀਂ ਸੋਲਰ ਪਲੇਟਾਂ ਨਹੀਂ ਖਰੀਦੀਆਂ ਤਾਂ ਤੁਸੀਂ ਵੀ ਜਲਦੀ ਜਲਦੀ ਖਰੀਦ ਲਓ, ਕਿਉਂਕਿ ਬਿਜਲੀ ਜਦੋਂ ਜਾਂਦੀ ਹੈ ਨਾ, ਅਤੇ ਜਦੋਂ ਇਨਸਾਨ ਦਾ ਪਸੀਨਾ ਚੋਂਦਾ ਹੈ ਤਾਂ ਫਿਰ ਪੁੱਛੋ ਨਾ ਕਿ ਕੀ ਹਾਲਤ ਹੁੰਦੀ ਹੈ। ਅਤੇ ਹੁਣ ਜਾ ਕੇ 2 ਕੁ ਦਿਨ ਹੋਏ ਨੇ, ਮੌਸਮ ਵਾਵਾ ਸੈੱਟ ਹੋ ਗਿਆ, ਠੰਡਾ ਠੰਡਾ, ਅਤੇ ਰਾਤ ਨੂੰ ਵੀ ਠੰਡੀ ਹਵਾ ਚੱਲਦੀ ਹੈ, ਅਤੇ ਦਿਨ ਨੂੰ ਤਾਂ ਗਰਮੀ ਹੁੰਦੀ ਹੈ, ਬਾਕੀ ਰਾਤ ਨੂੰ ਮੌਸਮ ਸੈੱਟ ਹੋ ਜਾਂਦਾ ਹੈ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਕਿੱਥੋਂ ਕਿੱਥੋਂ ਵੇਖ ਰਹੇ ਜੇ, ਕਿਹੜੀ ਕਿਹੜੀ ਕੰਟਰੀਜ਼ ਹੋ, ਮੈਨੂੰ ਵੀ ਪਤਾ ਲੱਗੇ ਕਿ ਮੇਰੇ ਪਿਆਰੇ ਕਿੱਥੋਂ ਕਿੱਥੋਂ ਮੈਨੂੰ ਵੇਖ ਰਹੇ ਨੇ, ਲਾਈਕ ਕਰ ਰਹੇ ਨੇ, ਕਮੈਂਟ ਕਰ ਰਹੇ ਨੇ, ਠੀਕ ਹੈ? ਆਪਣਾ ਅਤੇ ਆਪਣੇ ਪਿਆਰਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੇ। ਬਹੁਤ ਜਲਦ ਮੈਂ ਡੇਲੀ ਵੀਡੀਓ ਪੋਸਟ ਕਰਾਂਗੀ ਇਨਸ਼ਾਅੱਲਾ, ਅਤੇ ਫਿਰ ਆਪਣੀ ਰਾਏ ਦਾ ਇਜ਼ਹਾਰ ਕਰਨਾ, ਠੀਕ ਹੈ? ਅਤੇ ਜੋ ਜੋ ਮੌਜੂ 'ਤੇ ਤੁਸੀਂ ਵੀਡੀਓ ਬਣਵਾਉਣਾ ਚਾਹੁੰਦੇ ਜੇ, ਮੈਨੂੰ ਕਮੈਂਟ ਬਾਕਸ 'ਚ ਦੱਸਣਾ, ਠੀਕ ਹੈ? ਆਪਾਂ ਉਸ ਮੌਜੂ 'ਤੇ ਵੀਡੀਓ ਬਣਾਵਾਂਗੇ, ਓਕੇ? ਖੁਸ਼ ਰਹੋ, ਆਬਾਦ ਰਹੋ, ਅਤੇ ਦੱਸਣਾ ਜ਼ਰੂਰ ਕਿਸ ਕਿਸ ਕੰਟਰੀ 'ਚੋਂ ਦੇਖ ਰਹੇ ਜੇ।